ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਡਾਕਟਰ ਕੈਂਥ, ਐਸ ਵੀ ਹੈਲਥ ਕੇਅਰ ਸੈਂਟਰ ਬਰਨਾਲਾ ਤੋਂ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਵੀ ਜਿਹੜੇ ਰੋਗੀਆਂ ਨੂੰ ਜਲਣ ਹੁੰਦੀ ਆ, ਬਹੁਤ ਜ਼ਿਆਦਾ ਜਲਣ ਹੁੰਦੀ ਆ, ਫੂਡ ਪਾਈਪ ਦੇ ਵਿੱਚ ਉਹ ਪਾਸੜ ਘਾਰ ਆਉਂਦੇ ਨੇ, ਜੀ ਕੱਚਾ ਹੁੰਦਾ, ਉਲਟੀਆਂ ਉਹਨਾਂ ਨੂੰ ਲੱਗਿਆ ਰਹਿੰਦਾ ਹਰ ਵਕਤ, ਉਹ ਕਰਨ ਕੀ? ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਜਿਹੜੀ ਗੱਲ ਦੱਸਣ ਜਾ ਰਿਹਾ ਉਹ ਬਹੁਤ ਹੀ ਕਾਰਗਰ ਤੁਹਾਡੇ ਲਈ ਸਾਬਤ ਹੋਣ ਵਾਲੀ ਹੈ ਕਿ ਜਿਹੜੇ ਮਰੀਜ਼ ਲੰਮੇ ਟਾਈਮ ਤੋਂ ਪੀੜਿਤ ਨੇ, ਕਹਿੰਦੇ ਨੇ ਜੀ ਸਾਡੀ ਪ੍ਰੋਬਲਮ ਆ ਜਿਹੜੀ ਉਹ ਜਿਉਂ ਦੀ ਤਿਉਂ ਖੜੀ ਆ, ਅਸੀਂ ਕਦੇ ਠੀਕ ਹੀ ਨਹੀਂ ਹੋਏ ਇਸ ਪ੍ਰੋਬਲਮ ਤੋਂ, ਥੋੜ੍ਹਾ ਟਾਈਮ ਠੀਕ ਰਹਿੰਦੇ ਹਾਂ ਫਿਰ ਪ੍ਰੋਬਲਮ ਵੱਧ ਜਾਂਦੀ ਆ, ਉਹਨਾਂ ਦੀ ਪ੍ਰੋਬਲਮ ਸੌਖੀ ਕਿਵੇਂ ਹੋ ਸਕਦੀ ਹੈ ਤੁਹਾਨੂੰ ਇਸ ਵੀਡੀਓ 'ਚ ਦੱਸਣ ਲੱਗਿਆਂ। ਧਿਆਨ ਦੇ ਨਾਲ ਸੁਣ ਲਓ। ਸਵੇਰੇ ਜਿਹੜਾ ਹੈ ਰਾਤ ਦਾ ਜਿਹੜੀ ਰੋਟੀ ਬਣੀ ਹੈ, ਬਚੀ ਆ ਰੋਟੀ, ਉਹ ਰੋਟੀ ਸਵੇਰ ਦੇ ਟਾਈਮ ਦਾਤਨ ਕੋਲੀ ਕਰਨ ਤੋਂ ਬਾਅਦ ਵਿੱਚ ਚੁਆ ਕੇ ਜਿਹੜੀ ਆਪਣੀ ਚਾਹ ਬਣਾਉਣੀ ਆ, ਤੁਹਾਨੂੰ ਜਿਵੇਂ ਦੱਸਿਆ ਸੀ, ਅੱਧਾ ਗਲਾਸ ਪਾਣੀ, ਅੱਧਾ ਗਲਾਸ ਦੁੱਧ, 5 ਇਲਾਇਚੀਆਂ, 2 ਚਮਚੇ ਮਿਸਰੀ ਦੇ ਪਾ ਕੇ ਇਹਨੂੰ ਚੰਗੀ ਤਰ੍ਹਾਂ 5-7 ਮਿੰਟ ਗੈਸ ਸਿਮ 'ਤੇ ਰਿੰਨ ਲੈਣਾ। ਰਿੰਨ ਕੇ ਇਸ ਚਾਹ ਦੇ ਨਾਲ, ਇਸ ਚਾਹ ਦੁੱਧ ਕਹਿ ਲਈਏ, ਇਹਦੇ ਨਾਲ ਇਹਨੂੰ ਚੁਆ ਕੇ ਰੋਟੀ ਨੂੰ ਖਾਣਾ। ਇਹ ਖਾਣ ਦੇ ਨਾਲ ਤੁਹਾਡਾ ਜਿਹੜਾ ਗੈਸ ਆ ਉਹ ਡੇ ਬਾਈ ਡੇ ਬਣਨ ਨੂੰ ਘੱਟ ਜਾਏਗਾ। ਸਾਇੰਟੀਫਿਕ ਪ੍ਰੂਵਨ ਇਹ ਹੈ ਇਹਦੇ 'ਚ ਵੀ ਤੁਹਾਡੇ ਅੰਦਰ ਜਿਹੜਾ ਹਾਈਡਰੋਕਲੋਰਿਕ ਐਸਿਡ ਬਣਿਆ ਰਾਤ ਨੂੰ ਸੁੱਤੇ ਪਿਆਂ ਦਾ, 7-8 ਘੰਟਿਆਂ ਦੇ ਵਿੱਚ ਉਹ ਮਤਲਬ ਆਪਣੀ ਸਰਕਲ ਜਿਹੜਾ ਬਣਾਈ ਰੱਖਦਾ ਢਿੱਡ ਦੇ ਵਿੱਚ ਅਤੇ ਫੂਡ ਪਾਈਪ ਦੇ ਵਿੱਚ, ਸਟੋਮਿਕ ਦੇ ਵਿੱਚ, ਉਹ ਹਾਈਡਰੋਕਲੋਰਿਕ ਐਸਿਡ ਨੂੰ ਇੱਕਦਮ ਇਹ ਸਵੇਰੇ ਖਾਣ ਦੇ ਨਾਲ ਰਿਲੈਕਸ ਕਰਕੇ ਨੀਚੇ ਲੈ ਜਾਂਦੀ ਆ, ਨੀਚੇ ਲਿਜਾ ਕੇ ਫਿਰ ਅੰਤਰੀਆਂ ਦੇ ਵਿੱਚ ਛੱਡ ਦਿੰਦੀ ਆ, ਅਤੇ ਉਦੋਂ ਬਾਅਦ ਆਪਾਂ ਟੋਇਲਟ ਜਾਣਾ ਹੁੰਦਾ, ਟੋਇਲਟ ਰਾਹੀਂ ਉਹ ਹਾਈਡਰੋਕਲੋਰਿਕ ਐਸਿਡ ਰਿਮੂਵ ਹੋ ਜਾਂਦਾ, ਜਿਹਦੇ ਨਾਲ ਕਿ ਜਿਹੜੀ ਗੈਸ ਦੀ ਪਰੇਸ਼ਾਨੀ ਆ ਉਹ ਡੇ ਬਾਈ ਡੇ ਜਿਵੇਂ ਜਿਵੇਂ ਇਹਨੂੰ ਤੁਸੀਂ ਯੂਜ਼ ਕਰਦੇ ਹੋ ਉਵੇਂ ਉਵੇਂ ਘੱਟਦੀ ਜਾਂਦੀ ਹੈ। ਅਤੇ ਇਸ ਫਾਰਮੂਲੇ ਨੂੰ ਲਗਾਤਾਰ 15 ਦਿਨ ਵਰਤਣ ਤੋਂ ਬਾਅਦ 2-4 ਦਿਨ ਲਈ ਬੰਦ ਕਰ ਦਿਉ, ਫਿਰ ਦੁਬਾਰਾ 5-7 ਦਿਨ ਵਰਤ ਲਓ, 5-7 ਦਿਨ ਵਰਤਣ ਤੋਂ ਬਾਅਦ ਫਿਰ ਇਹਨੂੰ 1-2 ਦਿਨ ਬੰਦ ਕਰ ਲਓ, ਇੱਦਾਂ ਕਰ ਕਰਾ ਕੇ ਤੁਸੀਂ ਇਸ ਪ੍ਰੋਬਲਮ ਤੋਂ ਨਿਜਾਤ ਹਾਸਲ ਕਰ ਸਕਦੇ ਹੋ। ਤੁਹਾਡਾ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ।